ਸਤਿ ਸ਼੍ਰੀ ਅਕਾਲ, ਮੈਂ ਹਾਰਤੀ ਸਮਝਾ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਸੁਰਖੀਆਂ ਨੂੰ ਲੈ ਕੇ ਤੇ ਪਾਉਣੇ ਆ ਨਜ਼ਰ ਇਸ ਵੇਲੇ ਦੀਆਂ ਟੌਪ 20 ਹੈਡਲਾਈਨ ਦੀਆਂ। ਸੀਐਮ ਬਾਂਦੀ ਗੈਂਗਸਟਰਾਂ ਤੇ ਸਨੈਚਰਾਂ ਨੂੰ ਵਾਰਨਿੰਗ, ਕਿਹਾ ਸੁਧਰ ਜਾਓ, ਜ਼ੁਰਮ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਐਸਵਾਈਐਲ ਮੁੱਦੇ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸਿਖਾਵਤ ਕਰਨਗੇ ਪੰਜਾਬ ਹਰਿਆਣਾ ਨਾਲ ਮੀਟਿੰਗ। ਸੀਐਮ ਬਾਂਦ ਬੋਲੇ, ਜ਼ਰੂਰ ਰੱਖਾਂਗੇ ਆਪਣਾ ਪੱਖ। ਪੰਜਾਬ 'ਚ ਪਾਵਰ ਸੈਕਟਰ ਦੇ ਮੁਲਾਜ਼ਮਾਂ ਨੂੰ ਮਿਲੇਗਾ ਦੁਰਘਟਨਾ ਦਾ ਮੁਆਵਜ਼ਾ, ਸਰਕਾਰ ਨੇ ਨੀਤੀ ਦਾ ਕੀਤਾ ਐਲਾਨ। 8 ਦਸੰਬਰ 2023 ਤੋਂ ਲਾਗੂ ਹੋਵੇਗੀ ਨੀਤੀ। ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਐਕਸ਼ਨ, ਲੁਧਿਆਣਾ ਦੇ ਪਿੰਡ ਬਲੋਕੇ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਾਇਆ, ਦੁਕਾਨਾਂ ਤੇ ਚਲੀਆਂ ਪੀਲਾ ਪੰਜਾ। ਚੰਡੀਗੜ੍ਹ ਕੋਰਟ 'ਚ ਅਨੋਖਾ ਮਾਮਲਾ, ਜੱਜ ਨੇ ਖੁਦ 11,000 ਰੁਪਏ ਸ਼ਗਨ ਦੇ ਕੇ ਪਤੀ ਪਤਨੀ 'ਚ ਕਰਾਇਆ ਸਮਝੌਤਾ। ਕੋਟ ਭਾਈ ਤੋਂ ਦੁਖਦਾਈ ਖਬਰ, ਟਰੱਕ ਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਮੌਕੇ 'ਤੇ ਹੋਈ ਮੌਤ। ਪਟਿਆਲਾ ਵਿਖੇ ਲਿੰਗ ਜਾਂਚ ਗਰਭਪਾਤ ਕਰਾਉਣ ਵਾਲਾ ਗਿਰੋਹ ਕੀਤਾ ਕਾਬੂ, ਫਰਜ਼ੀ ਗਰਭਵਤੀ ਨੂੰ ਭੇਜ ਕੀਤਾ ਸਟਿੰਗ ਆਪਰੇਸ਼ਨ। ਸਰਕਾਰ ਨੇ ਦਿੱਤੀ ਵੱਡੀ ਰਾਹਤ, ਆਧਾਰ ਕਾਰਡ ਫ੍ਰੀ ਅਪਡੇਟ ਕਰਾਉਣ ਦੀ ਮਿਆਦ ਵਿੱਚ 14 ਮਾਰਚ 2024 ਤੱਕ ਕੀਤਾ ਵਾਅਦਾ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ 'ਚ ਹੁਣ ਰੇਲਵੇ ਬਣੀ ਅੜਿੱਕਾ, ਟ੍ਰੇਨਾਂ ਦੇਣ ਤੋਂ ਕੀਤੀ ਨਾ। ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਹੈਰੋਇਨ ਸਣੇ ਕਾਬੂ, ਅਮਰੀਕਾ ਗੋਟ ਟੈਲੈਂਟ 'ਚ ਵੀ ਲੈ ਚੁੱਕਾ ਹਿੱਸਾ। ਲੁਧਿਆਣਾ 'ਚ ਨਸ਼ੇ ਦੀ ਭੇਟ ਚੜਿਆ ਇੱਕ ਹੋਰ ਨੌਜਵਾਨ, ਓਵਰਡੋਜ਼ ਕਾਰਨ ਹੋਈ ਮੌਤ, ਮਾਪਿਆਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ। ਭਜਨ ਲਾਲ ਸ਼ਰਮਾ ਬਣੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ, ਰਾਜਪਾਲ ਕਲਰਾਜ ਮਿਸ਼ਰਾ ਨੇ ਚੁਕਾਈ ਸਹੁੰ। ਡਰੱਗ ਮਾਮਲੇ 'ਚ ਸਾਬਕਾ MLA ਬੋਨੀ ਅਜਨਾਲਾ SIT ਅੱਗੇ ਹੋਏ ਪੇਸ਼, ਪੁੱਛਗਿੱਛ ਜਾਰੀ, 18 ਨੂੰ ਮਜੀਠੀਆ ਹੋਣਗੇ ਪੇਸ਼। ਮਹਾਰਾਸ਼ਟਰ ਦੇ ਪਾਲਕਰ ਜ਼ਿਲ੍ਹੇ ਤੋਂ ਹੈਰਾਨ ਕਰਨ ਵਾਲਾ ਮਾਮਲਾ, ਪਿਤਾ ਤੋਂ ਪੈਸੇ ਲੈਣ ਲਈ ਬੇਟੇ ਨੇ ਰਚੀ ਖੁਦ ਨੂੰ ਅਗਵਾ ਕਰਨ ਦੀ ਸਾਜਿਸ਼, QR ਕੋਡ ਭੇਜ ਕੇ ਮੰਗੀ ਫਿਰੌਤ। ਆਸਟ੍ਰੇਲੀਆ U19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਹੋਇਆ ਐਲਾਨ, ਪੰਜਾਬ ਦੇ ਹਰਕੀਰਤ ਤੇ ਹਰਜਸ ਨੂੰ ਮਿਲੀ ਜਗ੍ਹਾ। ਕਰਾਚੀ 'ਚ ਗੈਸ ਸਿਲੰਡਰ ਧਮਾਕਾ, 15 ਜ਼ਖਮੀ, ਮੁੱਖ ਮੰਤਰੀ ਰਿਵੰਤ ਰੈਡੀ ਨੇ ਪ੍ਰਗਟਾਇਆ ਦੁੱਖ। ਲੁਧਿਆਣਾ 'ਚ ਬਣੀ ਸਾਈਕਲ ਪਹਿਲੀ ਵਾਰ ਅਮਰੀਕਾ 'ਚ ਹੋਈ ਲਾਂਚ, ਭਾਰਤੀ ਰਾਜਦੂਤ ਬੋਲੇ, ਮੇਕ ਫਾਰ ਦ ਵਰਲਡ। ਈਰਾਨ ਜਾਣ ਵਾਲੇ ਭਾਰਤੀਆਂ ਲਈ ਵੱਡੀ ਖੁਸ਼ਖਬਰੀ, ਹੁਣ ਬਿਨਾਂ ਵੀਜ਼ੇ ਦੇ ਕਰ ਸਕਣਗੇ ਯਾਤਰਾ। ਟਰੂਡੋ ਸਰਕਾਰ ਦਾ ਵੱਡਾ ਫੈਸਲਾ, ਵਿਦਿਆਰਥੀ ਹੁਣ ਪੂਰਾ ਸਮਾਂ ਨਹੀਂ ਕਰ ਸਕਣਗੇ ਕੰਮ, ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ ਨਿਯਮ। ਪੰਜਾਬ ਵਿੱਚ ਠੰਡ ਦਾ ਪ੍ਰਕੋਪ, 4 ਡਿਗਰੀ ਤੱਕ ਪਹੁੰਚਿਆ ਪਾਰਾ, ਮੌਸਮ ਵਿਭਾਗ ਵੱਲੋਂ ਧੁੰਦ ਤੇ ਠੰਡ ਦਾ ਅਲਰਟ ਜਾਰੀ। ਇਸ ਨੂੰ ਹੁਣ ਤੱਕ ਦੀਆਂ ਮੁੱਖ ਖਬਰਾਂ, ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਅਪਡੇਟ ਦੇ ਨਾਲ। ਤੁਸੀਂ ਵੇਖਦੇ ਰਹੋ SMZ ਨਿਊਜ਼।